ਫਿਸ਼ 25 ਤੋਂ ਸਟਾਰਟ ਹੋ ਜਾਂਦੀ ਹੈ ਜੀ 25 ਰੁਪਏ ਤੋਂ ਹਾਂਜੀ ਹਾਂਜੀ 50 ਰੁਪਏ ਦਾ ਪੇਅਰ ਮਿਲ ਜਾਂਦਾ ਬਹੁਤ ਵਧੀਆ ਵਧੀਆ ਫਿਸ਼ ਹੈ 50 ਤੋਂ ਲੈ ਕੇ 3000 4000 5000 ਯਾਨੀ ਇਹਦਾ ਕੋਈ ਅੰਤ ਨਹੀਂ ਹੈਗਾ ਫਿਸ਼ ਓਕੇਰੀਅਮ ਘਰ ਦੇ ਵਿੱਚ ਰੱਖਦੇ ਜ਼ਰੂਰ ਹੈ ਪਰ ਲੋਕਾਂ ਦੀ ਅਸਲ ਸ਼ਿਕਾਇਤ ਹੁੰਦੀ ਹੈ ਕਿ ਫਿਸ਼ਸ ਮਰਦੀਆਂ ਬਹੁਤ ਨੇ ਫਿਸ਼ ਦੇ ਮਰਨ ਦਾ ਕਾਰਨ ਕੀ ਹੁੰਦਾ ਸਾਰੇ ਲੋਕ ਕੀ ਕਰਦੇ ਆ ਓਵਰ ਫੂਡ ਪਾ ਦਿੰਦੇ ਫਿਸ਼ ਨੂੰ ਡਾਈਜੈਸਟ ਪਾਵਰ ਸਭ ਤੋਂ ਘੱਟ ਆ ਫਿਸ਼ ਦੀ ਇਸ ਕਰਕੇ ਉਹਨੂੰ ਫੀਡ ਘੱਟ ਤੋਂ ਘੱਟ ਪਾਣੀ ਹੈ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਤੁਸੀਂ ਜੁੜ ਚੁੱਕੇ ਹੋ ਪੈਟ ਕਲਿਊਜ਼ ਦੇ ਨਾਲ ਅਤੇ ਅੱਜ ਅਸੀਂ ਆਪਣਾ ਸੈਕਿੰਡ ਵਲੋਗ ਲੈ ਕੇ ਆਏ ਹਾਂ ਤੁਹਾਨੂੰ ਦੱਸ ਦਈਏ ਪਹਿਲਾਂ ਅਸੀਂ ਤੁਹਾਨੂੰ ਪਹਿਲੇ ਵਲੋਗ ਦੇ ਵਿੱਚ ਅਸੀਂ ਤੁਹਾਨੂੰ ਲੈਬਰਾਡੋਰ ਅਤੇ ਉਹਦੇ ਨਾਲ ਨਾਲ ਗੋਲਡਨ ਰਿਟੀਵਰ ਦੇ ਬੱਚੇ ਦਿਖਾਏ ਸੀ ਪਰ ਅੱਜ ਜਿਹੜੀ ਚੀਜ਼ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੈਟ ਇਜ਼ ਵੈਰੀ ਯੂਨੀਕ ਜਲੰਧਰ ਸ਼ਹਿਰ ਦੇ ਵਿੱਚ ਮੱਛੀਆਂ ਹੀ ਮੱਛੀਆਂ ਉਹ ਕਿਆ ਬਾਤ ਹੈ ਬਈ ਤੁਸੀਂ ਦੇਖੋਗੇ ਤੁਸੀਂ ਕਹੋਗੇ ਉਹ ਕੇਰੀਅਮ 'ਚ ਪਾ ਕੇ ਘਰ ਹੀ ਰੱਖ ਲਈਏ ਸੋ ਅਸੀਂ ਫਿਸ਼ ਪੁਆਇੰਟ ਜਲੰਧਰ ਪਹੁੰਚ ਚੁੱਕੇ ਹਾਂ ਸੋ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ ਅਤੇ ਦਿਖਾਉਂਦੇ ਹਾਂ ਕਿਸ ਤਰੀਕੇ ਦਾ ਵਿਊ ਹੈ ਸੋ ਸਭ ਤੋਂ ਪਹਿਲਾਂ ਅੰਦਰ ਵੜਦੇ ਸਾਰੀ ਤੁਹਾਨੂੰ ਔਰ ਲਿਟਲ ਲਿਟਲ ਜਿਹੜੀਆਂ ਮੱਛੀਆਂ ਨੇ ਦੇਖਣ ਨੂੰ ਮਿਲਣਗੀਆਂ ਸੋ ਬਿਲਕੁਲ ਕਸਟਮਰ ਵੀ ਆਏ ਹੋਏ ਨੇ ਫਿਸ਼ਿਸ ਲੈਣ ਵਾਸਤੇ ਤੋ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਯਾਰ ਕਲਰ ਇੰਨੇ ਪਿਆਰੇ ਨੇ ਆਹ ਦੇਖੋ ਯਾਰ ਕਲਰ ਐਡਾ ਬੰਬ ਲੱਗਦਾ ਪਿਆ ਜਿਵੇਂ ਕਿ ਨਾ ਸੂਟਾਂ ਦੇ ਨਾ ਡਿਜ਼ਾਈਨ ਹੁੰਦੇ ਆ ਮੇਰਾ ਤਾਂ ਦਿਲ ਕਰਦਾ ਸਵਾ ਕੇ ਪਾ ਲਵਾਂ ਸੋ ਬਿਲਕੁਲ ਭਾਜੀ ਹੁਣੇ ਨਾਲ ਨੇ ਗੱਲਬਾਤ ਕਰ ਲੈਂਦੇ ਹਾਂ ਰੋਹਿਤ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਭਾਜੀ ਵੇਚੀਆਂ ਨੂੰ ਮੱਛੀਆਂ ਫਿਰ ਹਾਂਜੀ 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 ਕਿੰਨੀਆਂ ਕੁ ਵੇਚਣੀਆਂ ਹੁਣ ਤੱਕ ਕਾਫੀ ਹੈ ਜੀ ਉਹ ਤਾਂ ਰੈਗੂਲਰ ਆਈਟਮ ਆਉਂਦੀ ਰਹਿੰਦੀ ਹੈ ਨਵਾਂ ਸਟੋਕ ਆਉਂਦਾ ਰਹਿੰਦਾ ਚਲੋ ਹਾਸੀ ਮਜ਼ਾਕ ਬਹੁਤ ਹੋ ਗਿਆ ਹੁਣ ਸੀਰੀਅਸ ਨੋਟ ਤੇ ਗੱਲ ਕਰਦੇ ਆ ਭਾਜੀ ਕਿੰਨਾ ਟਾਈਮ ਹੋ ਗਿਆ ਇੱਥੇ ਆਪਾਂ ਨੂੰ ਸ਼ਾਪ ਓਪਨ ਕੀਤੇ ਨੂੰ ਹੋ ਗਿਆ ਜੀ ਤਕਰੀਬਨ 12 ਸਾਲ ਹੋ ਗਏ ਕੁਰੀਅਮ ਦਾ ਕੰਮ ਕਰਦੇ ਨੇ ਮੈਨੂੰ 12 ਸਾਲ ਹਾਂਜੀ 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 ਕਿਹੜੇ ਕਿਹੜੇ ਟਾਈਪ ਦੇ ਫਿਸ਼ਸ ਤੁਹਾਡੇ ਕੋਲ ਇੱਥੇ ਅਵੇਲੇਬਲ ਹੁੰਦੇ ਆ ਸਾਰੀ ਐਗਜ਼ੋਟਿਕ ਵੈਰਾਈਟੀ ਮਿਲ ਜਾਂਦੀ ਹੈ ਬਿਲਕੁਲ ਇੰਪੋਰਟਡ ਯਾਨੀ ਫਲਾਵਰ ਹੁਣ ਹੋ ਗਈ ਅਰਵਾਨਾ ਹੋ ਗਈ ਸਭ ਤੋਂ ਫੈਂਗਸ਼ੂਈ ਦੀਆਂ ਫਿਸ਼ ਹੈਗੀਆਂ ਵਾਸਤੂ ਦੀਆਂ ਫਿਸ਼ ਹੈ ਸਾਰੀਆਂ ਮਿਲ ਜਾਂਦੀਆਂ ਨਹੀਂ ਵਾਸਤੂ ਵਾਲੀ ਫਿਸ਼ਸ ਕਿਹੜੀ ਹੁੰਦੀ ਆ ਅਰਵਾਨਾ ਤੁਹਾਡੇ ਬੈਕ ਸਾਈਡ ਹੀ ਹੈਗੀ ਹੈ ਕਿਹੜੀ ਵਾਲੀ ਸਿਲਵਰ ਅਰਵਾਨਾ ਕਹਿੰਦੇ ਇਹਨੂੰ ਓਕੇ ਇਹ ਕਦ ਲਈ ਮੇਨ ਯੂਜ਼ ਹੁੰਦੀ ਹੈ ਵਾਸਤੂ ਦੀ ਫਿਸ਼ ਹੈ ਬਿਜ਼ਨਸ ਵਾਸਤੇ ਬਹੁਤ ਲੱਕੀ ਫਿਸ਼ ਹੈਗੀ ਹੈ ਮਤਲਬ ਬਿਜ਼ਨਸ ਇਨਕਰੀਜ਼ ਕਰਦੀ ਹੈ ਸੋ ਬਿਲਕੁਲ ਜੇਕਰ ਤੁਹਾਡਾ ਬਿਜ਼ਨਸ ਨਹੀਂ ਚੱਲਦਾ ਪਿਆ ਤਾਂ ਇਹ ਵਾਲੀ ਫਿਸ਼ ਜ਼ਰੂਰ ਲੈ ਕੇ ਜਾਓ ਤਾਂ ਪ੍ਰਾਈਸ ਵੀ ਦੱਸ ਦਿਓ ਨਾਲ ਲੱਗਦਾ ਹੀ ਇਹ 2000 ਰੁਪਏ ਦੀ ਹੈਗੀ ਹੈ ਜੀ ਇਹ ਡਿਪੈਂਡ ਕਰਦਾ ਰੇਟ ਹਮੇਸ਼ਾ ਡਿਪੈਂਡ ਕਰਦਾ ਸਾਈਜ਼ ਦੇ ਉੱਪਰ ਓਕੇ ਸਾਈਜ਼ ਛੋਟਾ ਹੋਏਗਾ ਰੇਟ ਘੱਟ ਹੋਏਗਾ ਠੀਕ ਹੈ ਤੇ ਮਤਲਬ ਛੋਟੇ ਸਾਈਜ਼ ਦੀ ਜੇ ਕਿਸੇ ਨੇ ਬਾਏ ਕਰਨੀ ਹੋਵੇ ਤਾਂ ਉਹਦਾ ਪ੍ਰਾਈਸ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਹਾਂਜੀ ਹਾਂਜੀ ਇਸ ਤੋਂ ਬਾਅਦ ਉਹ ਦੇਖੋ ਪਿੱਛੇ ਤੁਹਾਨੂੰ ਬਹੁਤ ਹੀ ਛੋਟੀਆਂ ਛੋਟੀਆਂ ਫਿਸ਼ਸ ਦੇਖਣ ਨੂੰ ਮਿਲਣਗੀਆਂ ਇਹ ਇਹ ਕਿਹੜੀ ਟਾਈਪ ਹੈਗੀ ਫਿਸ਼ਸ ਇਹ ਰਮੀਨੋਸ ਟੈਟਰਾ ਜੀ ਵਾਈਟ ਕਲਾਊਡ ਮਿਨੋਜ਼ ਹੈ ਇਹ ਯਾਨੀ ਬਹੁਤ ਐਗਜ਼ੋਟਿਕ ਵੈਰਾਈਟੀ ਹੈਗੀ ਹੈ ਤੇ ਇਹ ਪਲਾਂਟਿਡ ਦੇ ਵਿੱਚ ਜ਼ਿਆਦਾ ਵਧੀਆ ਸਰਵਾਈਵ ਕਰਦੀ ਹੈ ਇਹ ਕਿੱਥੋਂ ਮੰਗਵਾਈ ਹੈ ਤੁਸੀਂ ਇਹ ਹੈਗੀ ਜੀ ਹਾਵੜਾ ਤੋਂ ਹੀ ਆਉਂਦੀ ਹੈ ਵੈਸੇ ਤਾਂ ਯਾਨੀ ਉਧਰੋਂ ਦੀ ਇੰਪੋਰਟ ਹੁੰਦੀ ਹੈ ਫਿਸ਼ ਜਿੱਦਾਂ ਥਾਈਲੈਂਡ ਮਲੇਸ਼ੀਆ ਇਦਾਂ ਆਉਂਦੀਆਂ ਮਤਲਬ ਇੱਕ ਵੱਡਾ ਸਵਾਲ ਹੈ ਲੋਕੀ ਫਿਸ਼ ਓਕੇਰੀਅਮ ਘਰ ਦੇ ਵਿੱਚ ਰੱਖਦੇ ਜ਼ਰੂਰ ਹੈ ਪਰ ਲੋਕਾਂ ਦੀ ਅਸਲ ਸ਼ਿਕਾਇਤ ਹੁੰਦੀ ਹੈ ਕਿ ਫਿਸ਼ਸ ਮਰਦੀਆਂ ਬਹੁਤ ਨੇ ਫਿਸ਼ ਦੇ ਮਰਨ ਦਾ ਕਾਰਨ ਕੀ ਹੁੰਦਾ ਸਾਰੇ ਲੋਕ ਕੀ ਕਰਦੇ ਆ ਓਵਰ ਫੂਡ ਪਾ ਦਿੰਦੇ ਫਿਸ਼ ਨੂੰ ਡਾਈਜੈਸਟ ਪਾਵਰ ਸਭ ਤੋਂ ਘੱਟ ਆ ਫਿਸ਼ ਦੀ ਇਸ ਕਰਕੇ ਉਹਨੂੰ ਫੀਡ ਘੱਟ ਤੋਂ ਘੱਟ ਪਾਣੀ ਆ ਤੇ ਪਾਣੀ ਜਿਹੜਾ ਘੱਟ ਤੋਂ ਘੱਟ ਸਾਫ਼ ਕਰਨਾ ਕਿਉਂਕਿ ਬੈਕਟੀਰੀਆ ਨਹੀਂ ਬਣਨ ਦਿੰਦੇ ਲੋਕ ਸਾਰੇ ਤਾਂ ਕਰਕੇ ਫਿਸ਼ ਮਰਦੀ ਹੈ ਫੂਡ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਫਿਸ਼ ਨੂੰ ਪਾਇਆ ਜਾਂਦਾ ਫੂਡ ਈਜ਼ੀਲੀ ਅਵੇਲੇਬਲ ਹੁੰਦਾ ਮਾਰਕੀਟ 'ਚ ਬਹੁਤ ਸਾਰੇ ਇੱਕ ਮਿੱਥ ਹੈ ਕਿ ਸੂਜੀ ਪਾਓ ਫਿਸ਼ ਨੂੰ ਨਹੀਂ 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 ਜੀ ਇਹ ਸਾਰੀ ਪੌਂਡ ਦੀ ਫਿਸ਼ ਨਹੀਂ ਹੈ ਐਕੁਆਰੀਅਮ ਦੀ ਫਿਸ਼ ਹੈ ਡਾਈਜੈਸਟ ਨਹੀਂ ਹੁੰਦੀ ਸੂਜੀ ਇਹਨਾਂ ਨੂੰ ਸੂਜੀ ਨਹੀਂ ਡਾਈਜੈਸਟ ਸਾਰੀ ਹੀ ਐਕੁਆਰੀਅਮ ਫਿਸ਼ ਹੈ ਤੇ ਮਤਲਬ ਜੇਕਰ ਅਸੀਂ ਓਵਰਆਲ ਪ੍ਰਾਈਸ ਰੇਂਜ ਦੀ ਗੱਲ ਕਰੀਏ ਤਾਂ ਕਿੰਨੇ ਤੋਂ ਮਿਨੀਮਮ ਸਟਾਰਟਿੰਗ ਹੋ ਜਾਂਦੀ ਫਿਸ਼ ਫਿਸ਼ 25 ਤੋਂ ਸਟਾਰਟ ਹੋ ਜਾਂਦੀ ਹੈ ਜੀ 25 ਰੁਪਏ ਤੋਂ ਹਾਂਜੀ ਹਾਂਜੀ 50 ਰੁਪਏ ਦਾ ਪੇਅਰ ਮਿਲ ਜਾਂਦਾ ਬਹੁਤ ਵਧੀਆ ਵਧੀਆ ਫਿਸ਼ ਹੈ 50 ਤੋਂ ਲੈ ਕੇ 3000 4000 5000 ਯਾਨੀ ਇਹਦਾ ਕੋਈ ਅੰਤ ਨਹੀਂ ਹੈਗਾ ਜਿਸ ਦਿਨ ਅਸੀਂ ਆਏ ਸੀ ਤੁਹਾਡੇ ਕੋਲ ਤੁਸੀਂ ਕੁਝ ਈਲ ਦੀ ਗੱਲ ਕਰ ਰਹੇ ਸੀ ਈਲ ਵੀ ਹੈਗੇ ਤੁਹਾਡੇ ਕੋਲ ਸਮਾਲ ਸਾਈਜ਼ ਦੀ ਈਲ ਆ ਮੇਰੇ ਕੋਲ ਬੈਂਡੀ ਡੀਲ ਕਹਿੰਦੇ ਉਹਨੂੰ ਦਿਖਾ ਦਿਓ ਹਾਂਜੀ ਹਾਂਜੀ ਸੋ ਬਿਲਕੁਲ ਬੈਂਡਡ ਸਾਈਜ਼ ਈਲ ਹੈਗੀ ਹੈ ਇੱਕ ਇਲੈਕਟ੍ਰਿਕ ਈਲ ਬਾਰੇ ਤਾਂ ਤੁਸੀਂ ਜ਼ਰੂਰ ਸੁਣਿਆ ਹੋਏਗਾ ਪਰ ਬੈਂਡਡ ਈਲ ਇਹਨੂੰ ਬੈਂਡਡ ਲੱਗੀ ਹੋਈ ਹੈ ਭਾਜੀ ਬੈਂਡਡ ਯਾਨੀ ਕਲਰ ਆ ਉਹਦਾ ਆ ਦੇਖੋ ਇਹ ਤਾਂ ਫਾਸਟ ਹੀ ਬਹੁਤ ਆ ਸੋ ਬਿਲਕੁਲ ਦੇਖ ਸਕਦੇ ਹੋ ਬੈਂਡਡ ਈਲ ਜਿਹੜੀ ਹੈ ਇਹਨਾਂ ਦੇ ਕੋਲ ਅਵੇਲੇਬਲ ਹੈ ਤੇ ਬੈਂਡਡ ਈਲ ਦਾ ਕੀ ਪ੍ਰਾਈਸ ਹੈਗਾ ਇਹ 300 ਦਾ ਪੇਅਰ ਹੈ ਜੀ 300 ਦਾ ਪੇਅਰ ਔਰ ਕੁਝ ਇੰਡੀਅਨ ਸ਼ਾਰਕਸ ਦੀ ਵੀ ਤੁਸੀਂ ਗੱਲ ਕਰ ਰਹੇ ਸੀ ਕਿ ਸ਼ਾਰਕ ਵੀ ਹੈਗੀ ਹੈ ਹਾਂਜੀ 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 ਮਿਲ ਜਾਏਗੀ ਉਹ ਵੀ ਤੇ ਉਹਨਾਂ ਦਾ ਕੀ ਪ੍ਰਾਈਸ ਹੈਗਾ ਉਹ 100 ਤੋਂ ਪੇਅਰ ਸ਼ੁਰੂ ਹੋ ਜਾਂਦਾ ਜੀ ਸ਼ਾਰਕ ਦੇ ਤਾਂ ਦੰਦ ਬੜੇ ਤੇਜ਼ ਹੁੰਦੇ ਕਿਵੇਂ ਘਰ ਰੱਖਾਂਗੇ ਫਿਰ ਇਹ ਲੋਕਲ ਸ਼ਾਰਕ ਹੈ ਯਾਨੀ ਲੁੱਕ ਲਾਈਕ ਸ਼ਾਰਕ ਹੈ ਬਟ ਉਹਦਾ ਸ਼ਾਰਕ ਨਹੀਂ ਹੈ ਦੇਸੀ ਸ਼ਾਰਕ ਕਹਿ ਲਈਏ ਹਾਂਜੀ 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 ਬਿਲਕੁਲ ਜੀ ਉਹ ਕਿੱਥੇ ਹੈਗੀ ਹੈ ਜਰਾ ਦਿਖਾ ਦਿਓ ਚਾਨਣਾ ਪਾ ਦਿਓ ਸ਼ਾਰਕ ਤੇ ਆ ਦੇਖੋ ਸੋ ਬਿਲਕੁਲ ਨੀਚੇ ਦੇਖ ਸਕਦੇ ਹੋ ਇਹਨਾਂ 'ਚ ਦੋ ਹੀ ਕਲਰ ਨੇ ਜੀ ਹਾਂਜੀ ਹਾਂਜੀ ਅਲਬੀਨੋ ਟਾਈਗਰ ਸ਼ਾਰਕ ਹੈ ਟਾਈਗਰ ਸ਼ਾਰਕ ਹੈ ਨਾਲ ਆ ਰੈੱਡ ਕੈਪ
ਤੇ ਇਹਨਾਂ ਇਹ ਕਿੰਨੇ ਕੁ ਦਿਨ ਤੱਕ ਜਿਹੜੀਆਂ ਵੱਡੀਆਂ ਹੋ ਜਾਂਦੀਆਂ ਸ਼ਾਰਕਸ ਜਿਹੜੀਆਂ ਇਹਨਾਂ ਨੂੰ ਲੱਗਦਾ 6 ਕੁ ਮਹੀਨੇ ਲੱਗਦੇ ਜੀ ਯਾਨੀ ਸਾਈਜ਼ ਇਨਕਰੀਜ਼ ਹੋਣ ਲੱਗ ਪੈਂਦਾ ਦਿਖਣ ਲੱਗ ਪੈਂਦਾ ਸਾਨੂੰ ਮਤਲਬ ਇੱਕ ਮੱਛੀ ਦੀ ਜੇ ਅਸੀਂ ਗੱਲ ਕਰੀਏ ਤਾਂ ਮੱਛੀ ਦੀ ਏਜ ਕਿੰਨੀ ਕੁ ਹੁੰਦੀ ਹੈ ਸ਼ਾਰਕ ਦੀ 30 ਸਾਲ ਏਜ ਹੈ ਜੀ ਪ੍ਰੋਪਰ ਚਲਦੀ ਰਹੇ ਤਾਂ ਹਾਂਜੀ ਹਾਂਜੀ ਪ੍ਰੋਪਰ ਵਿੱਚ ਕਿੱਦਾਂ ਮਤਲਬ ਕਿਵੇਂ ਲੋਕ ਜਿਹੜੇ ਜਿਨ੍ਹਾਂ ਨੇ ਰੱਖੀ ਹੈ ਇਨਕਰੀਜ਼ ਕਰੀ ਜਾ ਉਹ ਟੈਂਕ ਵੱਡਾ ਕਰੀ ਜਾ ਉਹਨੇ ਸਰਵਾਈਵ ਕਰੀ ਜਾਣਾ ਸ਼ਾਰਕ ਨੂੰ ਹੀਟਰ ਬਹੁਤ ਜ਼ਿਆਦਾ ਚਾਹੀਦਾ ਵਾਰਮ ਵਾਟਰ ਦੇ ਵਿੱਚ ਜ਼ਿਆਦਾ ਵਧੀਆ ਰਹਿੰਦੀ ਹੈ ਓਕੇਰੀਅਮ 'ਚ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ ਆਪਾਂ ਫਿਸ਼ਿਸ ਦੇ ਲਈ ਕੀ ਚੀਜ਼ਾਂ ਜਿਹੜੀਆਂ ਜ਼ਿਆਦਾ ਬਾਏ ਕਰ ਸਕਦੇ ਹਾਂ ਇੱਕ ਫਿਲਟਰ ਹੋ ਗਿਆ ਇੱਕ ਏਅਰ ਪੰਪ ਹੋ ਗਿਆ ਇੱਕ ਹੀਟਰ ਹੋ ਗਿਆ ਥਰਮੋਸਟੇਟ ਜਿਹਨੂੰ ਕਹਿੰਦੇ ਬਸ ਆਹੀ 3 ਚੀਜ਼ਾਂ ਇਹਨੂੰ ਪ੍ਰੋਪਰ ਦਿਓ ਵਧੀਆ ਚੱਲੂਗੀਆਂ ਫਿਸ਼ ਵੈਦਰ ਕੰਡੀਸ਼ਨ ਦਾ ਕੋਈ ਫਰਕ ਨਹੀਂ ਪੈਂਦਾ ਇਹਨਾਂ ਤੇ ਟੈਂਪਰੇਚਰ ਮੇਨਟੇਨ ਰਹੂਗਾ ਜਿਵੇਂ ਸਰਦੀਆਂ ਦੇ ਵਿੱਚ ਥਰਮੋਸਟੇਟ ਲਾ ਦੇਣੇ 28 ਟੈਂਪਰੇਚਰ ਰੱਖਣਾ ਆਪਾਂ ਬਸ ਸਭ ਤੋਂ ਬੈਸਟ ਹੈ ਨਾਲੀ 28-30 ਟੈਂਪਰੇਚਰ ਦੇ ਵਿੱਚ ਵਧੀਆ ਫਿਸ਼ ਸਰਵਾਈਵ ਕਰਦੀ ਹੈ ਮਤਲਬ ਕਦੀ ਇੱਦਾਂ ਹੋਇਆ ਲਾਈਫ 'ਚ ਕਿ ਤੁਸੀਂ ਫਿਸ਼ਿਸ ਲੈ ਕੇ ਆਏ ਹੋਵੋ ਅਤੇ ਸਰਵਾਈਵ ਨਾ ਕੀਤੀਆਂ ਹੋਣ ਤੁਹਾਡੇ ਕੋਲ ਹੀ ਪਰ ਮਨ ਦੁਖੀ ਹੋਇਆ ਹੋਵੇ ਨਹੀਂ ਨਹੀਂ ਜੀ ਸਿਰਫ ਟੈਂਪਰੇਚਰ ਦੀ ਪ੍ਰੋਬਲਮ ਹੁੰਦੀ ਹੈ ਇਹਨਾਂ ਨੂੰ ਫੰਗਸ ਹੋ ਜਾਂਦੀ ਆ ਹੋਰ ਕੁਛ ਨਹੀਂ ਹੁੰਦਾ ਇਹਨਾਂ ਨੂੰ ਟੈਂਪਰੇਚਰ ਮੇਨਟੇਨ ਕਰਕੇ ਫਿਸ਼ ਪਾਓ ਕਦੀ ਵੀ ਫਿਸ਼ ਨਹੀਂ ਮਰੇਗੀ ਮਤਲਬ 12 ਸਾਲ 'ਚ ਪੂਰਾ ਐਕਸਪੀਰੀਅੰਸ ਹੋ ਗਿਆ ਵੀ ਮੱਛੀਆਂ ਕਿਵੇਂ ਪਾਲਣੀਆਂ ਬਿਲਕੁਲ ਜੀ ਮੱਛੀ ਮਾਰ ਮਾਰ ਕੇ ਵੀ ਹੋ ਗਿਆ ਅਤੇ ਉੱਦਾਂ ਵੀ ਰੱਖ ਰੱਖ ਕੇ ਆਈ ਗਿਆ ਪੂਰਾ ਚਲੋ ਕੋਈ ਗੱਲ ਨਹੀਂ ਅੱਛਾ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਜੇਕਰ ਤੁਹਾਡੇ ਕੋਈ ਫਿਸ਼ ਲੈ ਕੇ ਜਾਣਾ ਚਾਹੁੰਦਾ ਆਪਣੇ ਘਰ ਦੇ ਲਈ ਤਾਂ ਉਹ ਨੰਬਰ ਆਪਣਾ ਪਲੀਜ਼ ਮੈਂਸ਼ਨ ਕਰ 9872506656 ਰੋਹਿਤ ਸ਼ਰਮਾ ਮੇਰਾ ਨਾਮ ਹੈ ਜੀ ਐਡਰੈਸ ਵੀ ਮੈਂਸ਼ਨ ਕਰ ਦਿਓ ਨਾਲ ਮਿਲਾਪ ਚੌਂਕ LIC ਦੇ ਓਪੋਜ਼ਿਟ ਆ ਬਿਲਕੁਲ ਦੁਕਾਨ ਮੇਰੀ ਖੰਨਾ ਬਰਤਨ ਭੰਡਾਰ ਵੀ ਹੈਗਾ ਸ਼ੋਰੂਮ ਸਾਹਮਣੇ ਉਹਦੇ ਬਿਲਕੁਲ ਸਾਹਮਣੇ ਦੁਕਾਨ ਹੈ ਮੇਰੀ ਠੀਕ ਹੈ ਜੀ ਥੈਂਕ ਯੂ ਸੋ ਮਚ ਬਿਲਕੁਲ ਇਹ ਸਨ ਰੋਹਿਤ ਸ਼ਰਮਾ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਮੱਛੀਆਂ ਹੀ ਮੱਛੀਆਂ ਨੇ ਜਿੰਨੇ ਵੀ ਲੋਕ ਉਤਸੁਕਤਾ ਰੱਖਦੇ ਨੇ ਕਿ ਸਾਡੇ ਘਰ ਦੇ ਵੀ ਫਿਸ਼ ਹੋਣ ਸਭ ਤੋਂ ਪੋਜ਼ਿਟਿਵ ਚੀਜ਼ ਤੁਹਾਨੂੰ ਦੱਸ ਦਈਏ ਮਾਈਂਡ ਨੂੰ ਬਹੁਤ ਜ਼ਿਆਦਾ ਕੰਮ ਕਰਦੀ ਹੈ ਜਿਵੇਂ ਜਿਵੇਂ ਇਹਨਾਂ ਨੇ ਵਾਟਰ ਦੇ ਵਿੱਚ ਤੈਰਨਾ ਸ਼ੁਰੂ ਕਰਨਾ ਹੈ ਪਾਣੀ ਦੇ ਵਿੱਚ ਤੈਰਦੀਆਂ ਨੇ ਜਾਂ ਫਿਰ ਆਪਣੀ ਮੂਵਮੈਂਟ ਦਿਖਾਉਂਦੀਆਂ ਨੇ ਇਹਨਾਂ ਨੂੰ ਦੇਖ ਦੇਖ ਕੇ ਉੱਦਾਂ ਹੀ ਇਨਸਾਨ ਦਾ ਜਿਹੜਾ ਮਨ ਹੈ ਉਹ ਪੋਜ਼ਿਟਿਵ ਹੁੰਦਾ ਅਤੇ ਨਾਲ ਦੀ ਨਾਲ ਜਿਹੜਾ ਹੈ ਡੈਕੋਰੇਸ਼ਨ ਦਾ ਕੰਮ ਵੀ ਕਰਦੀਆਂ ਨੇ ਸੋ ਬਿਲਕੁਲ ਜੇਕਰ ਛੋਟੇ ਛੋਟੇ ਬੱਚੇ ਤੁਹਾਡੇ ਘਰ ਆਉਂਦੇ ਨੇ ਤਾਂ ਉਹ ਬਿਲਕੁਲ ਤੁਹਾਡੇ ਘਰ ਦਾ ਓਕੇਰੀਅਮ ਦੇਖ ਕੇ ਕਹਿਣਗੇ ਵਾਓ ਮਮਾ ਫਿਸ਼ ਸੋ ਤੁਸੀਂ ਵੀ ਜੇਕਰ ਬੱਚਿਆਂ ਕੋਲ ਇਹ ਚੀਜ਼ ਘਵਾਉਣਾ ਚਾਹੁੰਦੇ ਹੋ ਤਾਂ ਰੋਹਿਤ ਉਹਨਾਂ ਦੀ ਦੁਕਾਨ 'ਤੇ ਆਓ ਅਤੇ ਇਹਨਾਂ ਦੇ ਕੋਲ ਵਧੀਆ ਵਧੀਆ ਫਿਸ਼ਿਸ ਖਰੀਦੋ ਅਤੇ ਨਾਲ ਦੀ ਨਾਲ ਇਹਨਾਂ ਦੀ ਵੀਡੀਓ ਸ਼ੇਅਰ ਵੀ ਕਰ ਦਿਓ ਕਿਉਂਕਿ ਜਲੰਧਰ ਦੇ ਵਿੱਚ ਆਈ ਥਿੰਕ ਇਹ ਫਸਟ ਓਕੇਰੀਅਮ ਹੀ ਹੈ ਜਿਹੜਾ ਅਸੀਂ ਤੁਹਾਨੂੰ ਦਿਖਾਇਆ ਜਿੱਥੇ ਬਾਰੇ ਸਾਨੂੰ ਪਤਾ ਲੱਗਾ ਕੋਈ ਹੋਰ ਵੀ ਹੋਏਗਾ ਤਾਂ ਉਹ ਵੀ ਤੁਹਾਡੇ ਸਾਹਮਣੇ ਜਿਹੜਾ ਅਸੀਂ ਜ਼ਰੂਰ ਲੈ ਕੇ ਆਵਾਂਗੇ ਸੋ ਸਟੇ ਟਿਊਨਡ ਵਿਦ ਪੈਟ ਲੂਜ਼ ਸੋ ਇਹਨਾਂ ਨੂੰ ਵੀ ਤੁਸੀਂ ਆਪਣੇ ਘਰ 'ਚ ਰੱਖੋ ਐਂਡ ਆਪਣਾ ਘਰ ਪੋਜ਼ਿਟਿਵ ਐਂਡ ਸੁੰਦਰ ਬਣਾਓ ਥੈਂਕ ਯੂ ਸੋ ਮਚ